ਸਤਿ ਸ੍ਰੀ ਅਕਾਲ ਜੀ, ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਉਹ ਬੇਤਰਤੀਬੀ ਫੰਡਿੰਗ ਦੇ ਲਈ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਵਾਂਗ ਫੈਡਰਲ ਸਰਕਾਰ ਦੇ ਖਿਲਾਫ ਕੋਰਟ ਦੇ ਵਿੱਚ ਜਾਣਗੇ। ਈਬੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਓਟਵਾ ਤੋਂ ਬਰਾਬਰੀ ਦਾ ਜਿਹੜਾ ਉਹ ਵਿਵਹਾਰ ਕਰਨ ਦੀ ਮੰਗ ਨੂੰ ਲੈ ਕੇ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਨਾਲ ਨੇ। ਉਹਨਾਂ ਵੈਨਕੂਵਰ ਦੇ ਵਿੱਚ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਪ੍ਰੀਮੀਅਰ ਐਂਡਰਿਊ ਫਿਓਰੇ ਦੇ ਨਾਲ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਇਹ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਉਹ ਆਪਣੇ ਅੰਦਰੂਨੀ ਜਿਹੜੇ ਅਟਰਨਲ ਜਨਰਲ ਦੇ ਨਾਲ ਗੱਲਬਾਤ ਕਰਨਗੇ ਤੇ ਐਂਡਰਿਊ ਦੀ ਟੀਮ ਦੇ ਨਾਲ ਵੀ ਕੇਸ ਦੇ ਵਿੱਚ ਕੰਮ ਕਰਨਗੇ ਤੇ ਵੈਸਟਰਨ ਕੈਨੇਡਾ ਦੇ ਸੂਬਿਆਂ ਨੂੰ ਸਹੀ ਫੰਡ ਮਿਲਣ ਇਸ ਲਈ ਅਦਾਲਤਾਂ ਰਾਹੀਂ ਕਦਮ ਅੱਗੇ ਵਧਾਏ ਜਾਣਗੇ। ਦੱਸ ਦਈਏ ਕਿ ਫੈਡਰਲ ਸਰਕਾਰ ਦੇ ਵੱਲੋਂ ਜਦੋਂ ਕਿਊਬਿਕ ਨੂੰ ਟੈਂਪਰੇਰੀ ਰੈਜ਼ੀਡੈਂਸੀ ਦਾ ਨੰਬਰ ਜਿਹੜੀ ਹੈ ਉਹ ਵਿਕਣ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਦੇ ਨਾਲ ਨਜਿੱਠਣ ਲਈ $750 million ਦੀ ਸਹਾਇਤਾ ਐਲਾਨੀ ਗਈ, ਜਿਸ ਤੋਂ ਬਾਅਦ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਸੀ ਕਿ ਇਹ ਠੀਕ ਨਹੀਂ ਹੈ ਤੇ ਇਹ ਫੈਡਰਲ ਸਰਕਾਰ ਵੱਲੋਂ ਹਮੇਸ਼ਾ ਕਿਊਬਿਕ ਤੇ ਓਨਟੈਰੀਓ ਨੂੰ ਫੰਡ ਦਿੱਤੇ ਜਾਂਦੇ ਨੇ ਤੇ ਵੈਸਟਰਨ ਕੈਨੇਡਾ ਦੇ ਸੂਬਿਆਂ ਨੂੰ ਜ਼ਰੂਰਤਾਂ ਦੇ ਬਾਵਜੂਦ ਵੀ ਸਹਾਇਤਾ ਨਹੀਂ ਮਿਲਦੀ ਅਤੇ ਇਹਨਾਂ ਸੂਬਿਆਂ ਦੇ ਨਾਲ ਹਮੇਸ਼ਾ ਵਿਤਕਰਾ ਹੀ ਕੀਤਾ ਜਾਂਦਾ ਹੈ। ਵੀਰਵਾਰ ਨੂੰ ਉਹਨਾਂ ਫੈਡਰਲ ਸਰਕਾਰ ਦੇ ਵੱਲੋਂ ਜਾਰਜ ਮੈਸੀ ਸੁਰੰਗ ਦੀ ਬਦਲੀ ਹੋਈ ਯਾਨੀ 4.15 billion ਦੀ ਜਿਹੜੀ ਫੰਡਿੰਗ ਹੈ ਉਹ ਨਾ ਦੇਣ ਦੀ ਗੱਲ ਨੂੰ ਦੁਹਰਾਉਂਦਿਆਂ ਆਪਣਾ ਦੁੱਖ ਜ਼ਾਹਿਰ ਕੀਤਾ। ਨਿਊ ਫਾਊਂਡਲੈਂਡ ਤੇ ਲੈਬਰਾਡੋਰ ਨੇ ਮਈ ਦੇ ਵਿੱਚ ਐਲਾਨ ਕੀਤਾ ਸੀ ਕਿ ਉਹ ਓਟਵਾ ਦੇ ਖਿਲਾਫ਼ ਕੋਰਟ ਦੇ ਵਿੱਚ ਜਾਣਗੇ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਊਬਿਕ ਨੂੰ ਪਨਾਹਗਰਾਂ ਦੇ ਲਈ ਜੁੜੇ ਖਰਚਿਆਂ ਦੇ ਵਿੱਚ ਮਦਦ ਲਈ $750 million ਦੀ ਸਰਕਾਰੀ ਫੰਡਿੰਗ ਦਾ ਜਿਹੜਾ ਉਹ ਬਚਾਅ ਕੀਤਾ ਤੇ ਕਿਹਾ ਕਿ BC ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਤੱਥਾਂ ਬਾਰੇ ਕੋਈ ਭੁਲੇਖਾ ਸੀ। ਮਿਲਰ ਨੇ ਕਿਹਾ ਕਿ ਇਹ ਫੰਡਿੰਗ ਕਿਊਬਿਕ ਨੂੰ 2 ਵਿੱਤੀ ਸਾਲਾਂ ਦੇ ਮੁਆਵਜ਼ਾ ਦੇਣ ਲਈ ਹੈ ਜੋ ਉਹਨਾਂ ਨੇ ਪਨਾਹਗਿਰਾਂ ਦੇ ਬੇਤਹਾਸ਼ਾ ਆਮਦ ਦੇ ਮੱਦੇਨਜ਼ਰ ਖਰਚ ਕੀਤੇ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਇਸ ਬਾਰੇ ਉਲਝਣ ਦੇ ਵਿੱਚ ਸਨ ਕਿ ਪੈਸੇ ਕਿਸ ਦੇ ਲਈ ਸਨ। ਪਿਛਲੇ ਸਾਲ ਕੈਨੇਡਾ ਦੇ ਵਿੱਚ ਅਧਿਕਾਰਤ ਸਰਹੱਦੀ ਲਾਂਘਿਆਂ ਰਾਹੀਂ ਦਾਖਲ ਹੋਣ ਵਾਲੇ 65% ਪਨਾਹਗਿਰ ਕਿਊਬਿਕ ਪਹੁੰਚੇ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਦਾਖਲ ਹੋਏ 95% ਕਿਊਬਿਕ ਪਹੁੰਚੇ। ਅਧਿਕਾਰਤ ਲਾਂਘਿਆਂ 'ਚੋਂ ਦਾਖਲ ਹੋਣ ਵਾਲਿਆਂ 'ਚੋਂ 1.8% ਪਨਾਹਗਿਰ ਅਤੇ ਗੈਰ ਅਧਿਕਾਰਤ ਸਰਹੱਦੀ ਲਾਂਘਿਆਂ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ 4.2% ਬ੍ਰਿਟਿਸ਼ ਕੋਲੰਬੀਆ ਪਹੁੰਚੇ। ਈਬੀ ਨੇ ਕਿਹਾ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਰ 37 ਦਿਨਾਂ ਦੇ ਵਿੱਚ 10,000 ਲੋਕ ਆ ਰਹੇ ਨੇ। ਸ਼ਰਨਾਰਥੀਆਂ ਨੂੰ ਬੇਘਰਾਂ ਦੇ ਲਈ ਬਣੇ ਸ਼ੈਲਟਰਾਂ ਦੇ ਵਿੱਚ ਰਹਿਣਾ ਪੈਂਦਾ ਹੈ ਅਤੇ ਕੌਮਾਂਤਰੀ ਵਿਦਿਆਰਥੀਆਂ ਦੇ ਕੋਲ ਸਹਾਇਤਾ ਨਹੀਂ ਹੁੰਦੀ ਹੈ। ਬੰਦ ਹੋ ਚੁੱਕੇ ਡਿਸਕਾਊਂਟ ਕੈਰੀਅਰ ਤੋਂ ਬਿਨਾਂ ਭੁਗਤਾਨ ਕੀਤੇ $4.1 million ਦੀ ਮੰਗ ਕਰਨ ਦੇ ਲਈ ਏਅਰਪੋਰਟ ਲਿੰਕਸ ਏਅਰ ਦੇ ਦਰਵਾਜ਼ੇ ਤੋਂ ਦਸਤਕ ਦੇ ਰਹੇ ਨੇ। ਅਦਾਲਤੀ ਫਾਈਲਿੰਗ ਦੇ ਵਿੱਚ ਕੈਲਗਰੀ, ਵੈਨਕੂਵਰ, ਐਡਮਿੰਟਨ, ਹੈਲੀਫੈਕਸ ਤੇ ਵਿਨੀਪੈਗ ਹਵਾਈ ਅੱਡਿਆਂ ਦੇ ਅਧਿਕਾਰੀ ਇੱਕ ਹੁਕਮ ਦੀ ਮੰਗ ਕਰ ਰਹੇ ਨੇ ਜਿਸ ਦੇ ਵਿੱਚ ਲਿੰਕਸ ਨੂੰ ਏਅਰਪੋਰਟ ਸੁਧਾਰ ਫੀਸਾਂ ਨੂੰ ਸੌਂਪਣ ਦੀ ਹਦਾਇਤ ਕੀਤੀ ਗਈ ਹੈ ਜੋ ਅਲਬਰਟਾ ਆਧਾਰਿਤ ਏਅਰਲਾਈਨ ਨੇ ਰਿਜ਼ਰਵ ਦੇ ਵਿੱਚ ਰੱਖੀ ਹੋਈ ਹੈ। ਦਸਤਾਵੇਜ਼ ਦਰਸਾਉਂਦੇ ਨੇ ਕਿ ਕੈਲਗਰੀ ਦਾ ਸਭ ਤੋਂ ਵੱਧ ਬਕਾਇਆ ਹੈ। ਫਰਵਰੀ ਦੇ ਵਿੱਚ ਕੈਰੀਅਰ ਬੰਦ ਹੋਣ ਤੋਂ ਬਾਅਦ ਏਅਰਪੋਰਟ ਨੇ $2 million ਜੇਬ ਤੋਂ ਜਿਹੜੇ ਬਾਹਰ ਹੋਣ ਦਾ ਦਾਅਵਾ ਕੀਤਾ। ਬਿਨਾਂ ਭੁਗਤਾਨ ਕੀਤੇ ਏਅਰਪੋਰਟ ਸੁਧਾਰ ਫੀਸ $186 million ਲਿੰਕਸ ਦੇ ਬਕਾਇਆ ਦੇ ਸਿਖਰ ਦੇ ਉੱਤੇ ਆਉਂਦੀ ਪ੍ਰਤੀਤ ਹੁੰਦੀ ਹੈ ਜਦੋਂ ਇਸਨੇ ਲਗਭਗ 4 ਮਹੀਨੇ ਪਹਿਲੀ ਵਾਰ ਲੈਣਦਾਰ ਸੁਰੱਖਿਆ ਦੀ ਮੰਗ ਕੀਤੀ ਸੀ। ਲਿੰਕਸ, ਜਿਸਨੇ April 2022 ਦੇ ਵਿੱਚ ਆਪਣੀ ਪਹਿਲੀ ਉਡਾਨ ਸ਼ੁਰੂ ਕੀਤੀ ਸੀ, ਨੇ ਪਹਿਲਾਂ ਅਦਾਲਤੀ ਫਾਈਲਿੰਗ ਦੇ ਵਿੱਚ ਕਿਹਾ ਸੀ ਕਿ ਇਹ ਰਿਪੋਰਟ ਦੇ ਖਰਚੇ, ਵਧਦੀਆਂ ਲਾਗਤਾਂ ਅਤੇ ਇੱਕ ਕੰਪੀਟੀਟਿਵ ਐਵੀਏਸ਼ਨ ਲੈਂਡਸਕੇਪ ਏਅਰਲਾਈਨ ਦੇ ਲਈ ਵਿਨਾਸ਼ਕਾਰੀ ਸਾਬਿਤ ਹੋਏ ਨੇ। ਕੈਰੀਅਰ ਨੇ ਕਿਹਾ ਹੈ ਕਿ ਹਜ਼ਾਰਾਂ ਰੱਦ ਕੀਤੀਆਂ ਉਡਾਨਾਂ ਲਈ ਰਿਫੰਡ ਦੀ ਮੰਗ ਕਰਨ ਵਾਲੇ ਗਾਹਕਾਂ ਨੂੰ ਆਪਣੇ ਕ੍ਰੈਡਿਟ ਕਾਰਡ ਪ੍ਰੋਵਾਈਡਰਾਂ ਰਾਹੀਂ ਚਾਰਜ ਬੈਕ ਦੀ ਜਿਹੜੀ ਬੇਨਤੀ ਕਰਨੀ ਚਾਹੀਦੀ ਹੈ।
ਕੈਲਗਰੀ ਵਿੱਚ ਪਾਣੀ ਦੀ ਖਪਤ ਲਗਾਤਾਰ ਜਿਹੜੀ ਹੈ ਉਹ ਵੱਧ ਰਹੀ ਹੈ ਤੇ ਮੇਅਰ ਜੋਤੀ ਗੋਂਡੇ ਇੱਕ ਸਖਤ ਚੇਤਾਵਨੀ ਦੇ ਰਹੇ ਨੇ। ਇਸ ਲਈ ਲਾਜ਼ਮੀ ਅੰਦਰੂਨੀ ਪਾਣੀ ਦੀਆਂ ਪਾਬੰਦੀਆਂ ਲਿਆਉਣ ਦੇ ਲਈ ਮਜਬੂਰ ਵੀ ਕੀਤਾ ਜਾ ਸਕਦਾ ਹੈ। ਜੋਤੀ ਗੋਂਡੇਕ ਨੇ ਇਹ ਸੰਦੇਸ਼ ਵਸਨੀਕਾਂ ਦੀ ਬਿਹਤਰ ਸੰਭਾਲ ਦੇ ਯਤਨਾਂ ਦੀ ਅਪੀਲ ਦੇ ਹਿੱਸੇ ਵਜੋਂ ਨਵੇਂ ਵਾਟਰ ਮੇਨ ਬ੍ਰੇਕ ਵਿਕਾਸ ਬਾਰੇ ਜਾਰੀ ਕੀਤਾ। ਬਿਰਸਪਾ ਸਾਊਥ ਵਾਟਰ ਮੇਨ ਜੋ ਕਿ 11 ਕਿਲੋਮੀਟਰ ਲੰਬਾ ਅਤੇ ਭਾਗਾਂ ਦੇ ਵਿੱਚ ਵੰਡਿਆ ਹੋਇਆ 2 ਮੀਟਰ ਜਿੰਨਾ ਚੌੜਾ ਹੈ ਅਤੇ ਇਸਨੂੰ 5 ਜੂਨ ਨੂੰ ਟੁੱਟਣ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਸ਼ਹਿਰ ਦੇ ਉੱਤਰ ਪੱਛਮ ਦੇ ਵਿੱਚ ਸੈਂਕੜੇ ਘਰ ਤੇ ਕਾਰੋਬਾਰ ਅਸਥਾਈ ਤੌਰ ਦੇ ਉੱਤੇ ਪਾਣੀ ਤੋਂ ਬਿਨਾਂ ਰਹਿ ਰਹੇ ਨੇ। ਪਾਈਪ ਫੇਲ ਹੋਣ ਦੇ ਨਾਲ ਅੱਗ ਤੇ ਕਾਬੂ ਤੇ ਪਾਣੀ ਸਪਲਾਈ ਬਾਹਰ ਨਾ ਜਾਵੇ ਇਹ ਜ਼ਰੂਰੀ ਕਰਨਾ ਹੋਵੇਗਾ। ਪਾਣੀ ਸਪਲਾਈ ਦੀ ਕਿੱਲਤ ਜਿਵੇਂ ਹੀ ਗੰਭੀਰ ਹੁੰਦੀ ਜਾ ਰਹੀ ਹੈ ਸਮੱਸਿਆਵਾਂ ਹੋਰ ਵੱਧ ਰਹੀਆਂ ਨੇ। ਕੈਲਗਰੀ ਦੇ ਮੇਅਰ ਅੰਦਰੂਨੀ ਪਾਣੀ ਦੀ ਵਰਤੋਂ ਤੇ ਲਾਜ਼ਮੀ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਹੇ ਨੇ। ਇਸ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਪਾਣੀ ਦੀ ਸੰਭਾਲ ਤੇ ਕਮੀ ਨੂੰ ਰੋਕਣ ਵਿੱਚ ਮਦਦ ਕਰਨ ਲਈ ਆਪਣੇ ਘਰਾਂ ਦੇ ਅੰਦਰ ਕਿੰਨਾ ਪਾਣੀ ਵਰਤਣਾ ਹੈ ਇਸ ਨੂੰ ਸੀਮਿਤ ਕਰਨਾ ਪਵੇਗਾ। ਇਹ ਬਹੁਤ ਵੱਡੀ ਗੱਲ ਹੈ ਕਿ ਜੇਕਰ ਅਸੀਂ ਆਪਣੇ ਪਾਣੀ ਦਾ ਸਮਝਦਾਰੀ ਨਾਲ ਪ੍ਰਬੰਧਨ ਨਹੀਂ ਕਰਦੇ ਤਾਂ ਅਸੀਂ ਇਸ ਤੋਂ ਹੋਰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਹਾਂ। ਪਾਣੀ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਈ ਜ਼ਰੂਰੀ ਹੈ, ਜਿਵੇਂ ਕਿ ਖਾਣਾ ਬਣਾਉਣਾ, ਨਹਾਉਣਾ ਤੇ ਸਫਾਈ ਕਰਨਾ। ਪਰ ਜਦੋਂ ਆਲੇ ਦੁਆਲੇ ਜਾਣ ਲਈ ਕਾਫੀ ਪਾਣੀ ਨਹੀਂ ਹੁੰਦਾ ਤਾਂ ਇਹ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਹਰ ਕਿਸੇ ਲਈ ਪਾਣੀ ਦੀ ਸੰਭਾਲ ਵਿੱਚ ਆਪਣਾ ਹਿੱਸਾ ਇਸ ਵੇਲੇ ਪਾਉਣਾ ਜ਼ਰੂਰੀ ਹੈ। ਕੈਲਗਰੀ ਦੇ ਮੇਅਰ ਦਾ ਸੁਝਾਅ ਦਾ ਮਤਲਬ ਹੈ ਕਿ ਇਸ ਵੇਲੇ ਆਪਣੇ ਘਰਾਂ ਦੇ ਅੰਦਰ ਪਾਣੀ ਦੀ ਵਰਤੋਂ ਕਿਵੇਂ ਕਰਨੀ ਹੈ ਇਹ ਧਿਆਨ ਰੱਖਣਾ ਹੋਵੇਗਾ। ਇਹ ਪਾਬੰਦੀਆਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲਗਾਈਆਂ ਜਾਣਗੀਆਂ ਕਿ ਹਰ ਕਿਸੇ ਦੇ ਕੋਲ ਆਪਣੀ ਬੁਨਿਆਦੀ ਲੋੜਾਂ ਲਈ ਉਪਲਬਧ ਹੋਵੇ, ਭਾਵੇਂ ਕਿ ਘਾਟ ਦੇ ਸਮੇਂ ਵੀ। ਪਰ ਇਹ ਸਭ ਕੁਝ ਜ਼ਿੰਮੇਵਾਰੀ ਹੋਣ ਤੇ ਇਹ ਯਕੀਨੀ ਬਣਾਉਣ ਬਾਰੇ ਕਿ ਅਸੀਂ ਪਾਣੀ ਦੀ ਘੱਟ ਸਪਲਾਈ ਦੇ ਵਿੱਚ ਬਰਾਬਰ ਦੇ ਨਾਲ ਹੱਥ ਵਟਾ ਸਕਦੇ ਹਾਂ। ਪਾਣੀ ਦੀ ਕਮੀ ਦੇ ਸਾਡੇ ਭਾਈਚਾਰੇ ਤੇ ਵਾਤਾਵਰਣ ਦੇ ਲਈ ਗੰਭੀਰ ਨਤੀਜੇ ਹੋ ਸਕਦੇ ਨੇ। ਉਹ ਫਸਲਾਂ ਦੀ ਅਸਫਲਤਾ ਦਾ ਕਾਰਨ ਵੀ ਬਣ ਸਕਦੇ ਨੇ, ਜੰਗਲੀ ਜੀਵਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ, ਇੱਥੋਂ ਤੱਕ ਕਿ ਪਾਣੀ ਦੇ ਸਰੋਤਾਂ ਨੂੰ ਲੈ ਕੇ ਟਕਰਾਅ ਦਾ ਕਾਰਨ ਵੀ ਬਣ ਸਕਦੇ ਨੇ। ਪਾਣੀ ਨੂੰ ਸੰਭਾਲ ਕੇ ਵਰਤਣ ਨਾਲ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਹਰ ਕਿਸੇ ਨੂੰ ਆਲੇ ਦੁਆਲੇ ਪਾਣੀ ਜਾਵੇ। ਇਨਡੋਰ ਲਾਜ਼ਮੀ ਪਾਬੰਦੀਆਂ ਤੇ ਵਿਚਾਰ ਕਰਨ ਦਾ ਮੇਅਰ ਦਾ ਸੁਝਾਅ ਤੇ ਮੁੱਦਿਆਂ ਨੂੰ ਹੋਰ ਗੰਭੀਰ ਹੋਣ ਤੋਂ ਪਹਿਲਾਂ ਹੱਲ ਕਰਨ ਦੇ ਵੱਲ ਇੱਕ ਲਾਜ਼ਮੀ ਕਿਰਿਆਸ਼ੀਲ ਕਦਮ ਹੈ। ਉਹ ਦਰਸਾਉਂਦੇ ਨੇ ਕਿ ਸਾਡੇ ਨੇਤਾ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਤੇ ਸਾਡੇ ਜਲ ਸਰੋਤਾਂ ਦੀ ਸੁਰੱਖਿਆ ਲਈ ਕਾਰਵਾਈ ਕਰਨ ਲਈ ਵੀ ਤਿਆਰ ਹੈ ਤੇ ਮਿਲ ਕੇ ਪਾਣੀ ਦੀ ਸੰਭਾਲ ਕਰਨ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਸਾਡੇ ਕੋਲ ਆਪਣੇ ਲਈ, ਸਾਡੇ ਭਾਈਚਾਰਿਆਂ ਤੇ ਵਾਤਾਵਰਣ ਲਈ, ਭਵਿੱਖ ਵਿੱਚ ਦੋਵਾਂ ਲਈ ਲੋੜੀਂਦਾ ਪਾਣੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। 86 ਸਾਲਾਂ ਦੀ ਇੱਕ ਬਜ਼ੁਰਗ ਔਰਤ 2022 ਦੇ ਵਿੱਚ 3 ਕੁੱਤਿਆਂ ਵੱਲੋਂ ਕੱਟੇ ਜਾਣ ਤੋਂ ਬਾਅਦ ਜ਼ਖਮੀ ਹੋਈ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਇਹ ਮੰਦਭਾਗੀ ਖਬਰ ਕੈਲਗਰੀ ਤੋਂ ਮੰਨੀ ਗਈ ਹੈ। ਇਸ ਖਬਰ ਦੇ ਮੁਤਾਬਕ ਜਿਹੜੇ ਕੁੱਤਿਆਂ ਦੇ ਵੱਲੋਂ ਔਰਤ ਨੂੰ ਕੱਟਿਆ ਗਿਆ, ਖਾਸ ਤੌਰ ਦੇ ਉੱਤੇ ਉਹਨਾਂ ਦੇ ਸੰਬੰਧੀ ਅੱਜ ਜਿਹੜਾ ਇਹ ਫੈਸਲਾ ਆਇਆ ਹੈ। ਅਮੈਰੀਕਨ ਸਟੈਫਰਡਸ਼ਾਇਰ ਇਹ ਕੁੱਤੇ ਦੱਸੇ ਜਾ ਰਹੇ ਨੇ ਤੇ ਖਬਰ ਦੇ ਮੁਤਾਬਕ ਇਹ ਜਿਹੜੀ ਐਲਡਰਲੀ ਔਰਤ ਸੀਗੀ ਇਹ ਆਪਣੇ ਗਾਰਡਨਿੰਗ ਦਾ ਕੰਮ ਕਰ ਰਹੀ ਸੀਗੀ ਬੈਕੈਲੀ ਦੇ ਵਿੱਚ, ਜਿੱਥੇ ਅਚਾਨਕ 3 ਕੁੱਤੇ ਆਏ ਜਿਹੜੇ ਨਜ਼ਦੀਕੀ ਘਰ ਦੀ ਫੈਂਸ ਟੱਪ ਕੇ ਆਏ ਸਨ, ਜਿਨ੍ਹਾਂ ਨੇ ਉਸ ਔਰਤ ਉੱਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਬੁਰੀ ਤਰ੍ਹਾਂ ਔਰਤ ਨੂੰ ਜ਼ਖਮੀ ਕੀਤਾ, ਜਿਸਦੇ ਸਿਰ, ਧੋਣ, ਬਾਹਾਂ, ਲੱਤਾਂ ਤੇ ਹਰ ਪਾਸੇ ਜ਼ਖਮ ਕਰ ਦਿੱਤੇ, ਇੱਥੋਂ ਤੱਕ ਕਿ ਉਸਦੇ ਜਬਾੜੇ ਤੇ ਵੀ ਜ਼ਖਮ ਹੋਏ। ਐਂਬੂਲੈਂਸ ਨੂੰ ਕਾਲ ਕੀਤੀ ਗਈ ਜੋ ਕਿ ਅੱਧਾ ਘੰਟਾ ਲੇਟ ਆਈ ਤੇ ਜਦੋਂ ਐਂਬੂਲੈਂਸ ਪਹੁੰਚੀ ਤਾਂ ਥੋੜ੍ਹੀ ਦੇਰ ਬਾਅਦ ਹੀ ਉਹ ਬਜ਼ੁਰਗ ਔਰਤ ਦੀ ਮੌਤ ਹੋ ਗਈ। ਕੇਸ ਕੋਰਟ ਦੇ ਵਿੱਚ ਗਿਆ, ਸੁਣਵਾਈ ਹੋਈ ਤਾਂ ਜੱਜ ਸਾਹਿਬਾਨ ਨੂੰ ਇਸ ਗੱਲ ਤੇ ਬੜਾ ਦੁੱਖ ਵੀ ਹੋਇਆ ਤੇ ਗੁੱਸਾ ਵੀ ਆਇਆ। ਕੁੱਤੇ 3 ਕਹੇ ਜਾ ਰਹੇ ਸੀ, ਜਿਸ ਵਿੱਚ ਕਿਹਾ ਗਿਆ ਕਿ 2 ਕੁੱਤੇ ਸ਼ਾਮਿਲ ਜਿਹੜੇ ਹੈ ਉਹ ਇਸ ਦੇ ਵਿੱਚ ਨਹੀਂ ਸੀ, ਇੱਕ ਜਿਹੜਾ ਸ਼ਾਮਿਲ ਸੀ ਉਸਨੂੰ ਪਹਿਲਾਂ ਹੀ ਮਾਰ ਦਿੱਤਾ ਗਿਆ। ਤੇ ਜਦੋਂ ਇਹ ਗੱਲ ਕੀਤੀ ਗਈ ਤਾਂ ਮਾਲਕ ਦਾ ਕਹਿਣਾ ਸੀ ਕਿ 2 ਕੁੱਤਿਆਂ ਨੂੰ ਛੱਡ ਦਿੱਤਾ ਜਾਏ, ਉਹਨਾਂ ਦੇ ਬਿਹੇਵੀਅਰ ਬਦਲਣ ਲਈ ਡਿਸਿਪਲਿਨ ਸਿਖਾਉਣ ਦਾ ਜਿਹੜਾ ਹੋਰ ਮੌਕਾ ਦਿੱਤਾ ਜਾਵੇ।
ਜੱਜ ਸਾਹਿਬਾਨ ਨੇ ਕਿਹਾ ਕਿ ਇਹਨਾਂ ਕੁੱਤਿਆਂ ਨੂੰ ਪ੍ਰੂਫ ਕਰ ਦਿੱਤਾ ਕਿ ਸੋਸਾਇਟੀ ਦੇ ਲਈ ਇਹ ਬੜੇ ਖਤਰਨਾਕ ਕੁੱਤੇ ਨੇ, ਤੇ ਜੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਦੇਖੀਆਂ ਜਾ ਰਹੀਆਂ ਨੇ ਮ੍ਰਿਤਕ ਔਰਤ ਦੀਆਂ, ਤਾਂ ਉਹ ਦੇਖ ਕੇ ਸਾਫ਼ ਲੱਗ ਰਿਹਾ ਕਿ ਇਹ ਔਰਤ ਇੰਨੀ ਭਿਆਨਕ ਮੌਤ ਜਿਹੜੀ ਹੈ ਉਹ ਡਿਜ਼ਰਵ ਨਹੀਂ ਕਰਦੀ ਸੀ। ਕੁੱਤੇ ਦੇ ਮਾਲਕ ਨੂੰ $18,000 ਦਾ ਜੁਰਮਾਨਾ ਵੀ ਹੋਇਆ ਸੀ, ਪਰ ਅਜੇ ਵੀ ਇਸ ਕੁੱਤੇ ਦਾ ਫਾਲਟ ਨਾ ਹੋਣ ਦੀ ਗੱਲ ਜਿਹੜੀ ਆ ਉਹਨਾਂ ਵੱਲੋਂ ਕਹੀ ਗਈ ਤੇ ਲੈਟ ਗੋ ਕੀਤੇ ਜਾਣ ਦੀ ਮੰਗ ਕੀਤੀ ਗਈ। ਸਿਟੀ ਦੇ ਨਾਲ ਵੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਕਿਹਾ ਕਿ ਕੁੱਤਿਆਂ ਨੂੰ ਜਿਹੜਾ ਉਹ ਖਤਮ ਕਰ ਦੇਣਾ ਚਾਹੀਦਾ ਹੈ। ਤੇ ਇਸ ਤੋਂ ਪਹਿਲਾਂ ਕਿ ਕੁੱਤੇ ਰੱਖੇ ਜਾ ਸਕਦੇ ਨੇ, ਬਾਰ ਬਾਰ ਇਹ ਗੱਲ ਕਹੀ ਜਾਂਦੀ ਹੈ ਕਿ ਸੁਸਾਇਟੀ ਦੇ ਵਿੱਚ ਜਿਹੜੇ ਕੁੱਤੇ ਖਤਰਨਾਕ ਹੋ ਸਕਦੇ ਨੇ ਉਹਨਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ, ਉਹਨਾਂ ਦੀ ਸਿਖਲਾਈ ਦੀ ਲੋੜ ਹੈ, ਅਤੇ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਵੇ ਕਿ ਉਹ ਬਾਕੀ ਲੋਕਾਂ ਤੱਕ ਖੁੱਲ੍ਹੇਆਮ ਨਾ ਪਹੁੰਚ ਸਕਣ। ਇਸ ਮਾਮਲੇ ਦੇ ਵਿੱਚ ਹੁਣ ਐਂਬੂਲੈਂਸ ਬੁਲਾਈ ਗਈ ਤਾਂ ਐਂਬੂਲੈਂਸ ਦੀ ਵੀ ਇਨਕੁਆਇਰੀ ਹੋ ਰਹੀ ਹੈ ਕਿ ਐਂਬੂਲੈਂਸ ਅੱਧਾ ਘੰਟਾ ਲੇਟ ਕਿਉਂ ਪਹੁੰਚੀ, ਕਿਉਂਕਿ ਇੱਥੇ ਮਾਮਲਾ ਲਾਈਫ ਥ੍ਰੈਟਨਿੰਗ ਦਾ ਸੀਗਾ, ਅਤੇ ਕਿਉਂ ਐਂਬੂਲੈਂਸ ਜਿਹੜੀ ਹੈ ਉਹ ਦੇਰੀ ਨਾਲ ਗਈ, ਕਿਉਂਕਿ ਮੰਨਿਆ ਜਾ ਰਿਹਾ ਕਿ ਜੇ ਐਂਬੂਲੈਂਸ ਪਹਿਲਾਂ ਪਹੁੰਚ ਜਾਂਦੀ ਤਾਂ ਹੋ ਸਕਦਾ ਕਿ ਇਸ ਔਰਤ ਦੀ ਜਿਹੜੀ ਜਾਨ ਬਚ ਜਾਂਦੀ। ਇਨਕੁਆਇਰੀ ਫਿਲਹਾਲ ਇਸ ਗੱਲ ਦੀ ਹੋ ਰਹੀ ਹੈ। ਅਤੇ ਇਸ ਤੋਂ ਪਹਿਲਾਂ ਜਿਹੜੇ ਗਵਾਹ ਪੇਸ਼ ਕੀਤੇ ਗਏ ਸੀ, ਗਵਾਹ ਨੇ ਇਹ ਗੱਲ ਕਹੀ ਹੈ ਕਿ ਜਦੋਂ ਉਹਨਾਂ ਨੇ ਦੇਖਿਆ ਕਿ ਤਿੰਨ ਕੁੱਤੇ ਉਸ ਬਜ਼ੁਰਗ ਔਰਤ ਦੇ ਕੋਲ ਖੜ੍ਹੇ ਉਸਦੇ ਉੱਤੇ ਭੌਂਕ ਰਹੇ ਸੀ, ਔਰਤ ਹੇਠਾਂ ਡਿੱਗੀ ਹੋਈ ਸੀ, ਅਤੇ ਜਦੋਂ ਗਵਾਹ ਨੂੰ ਪੁੱਛਿਆ ਗਿਆ ਕਿ ਕੀ ਕਿਹੜੇ ਕੁੱਤੇ ਵੱਲੋਂ ਔਰਤ ਨੂੰ ਕੱਟਿਆ ਗਿਆ, ਕਿਸ ਬਾਰੇ ਉਹਨਾਂ ਨੂੰ ਜਾਣਕਾਰੀ ਹੈ, ਅਤੇ ਉਹਨਾਂ ਨੇ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਹੁਣ ਇਹ ਐਵੀਡੈਂਸ ਜੱਜ ਸਾਹਿਬਾਨ ਨੇ ਜਿਹੜੇ ਆ ਉਹ ਸਾਈਡਲਾਈਨ ਕੀਤੇ, ਅਤੇ ਉਹਨਾਂ ਨੇ ਕਿਹਾ ਕਿ ਮੂੰਹੋਂ ਬੋਲ ਦੀਆਂ ਤਸਵੀਰਾਂ ਦੇ ਹਿਸਾਬ ਦੇ ਨਾਲ ਯੂਥੇਨਾਈਜ਼ ਕਰ ਦੇਣਾ ਚਾਹੀਦਾ ਜਿਹੜੇ ਦੋ ਕੁੱਤੇ ਵੀ ਬਚੇ ਨੇ, ਜੋ ਕਿ ਕੁੱਤੇ ਦੇ ਮਾਲਕ ਲਈ ਬੜੀ ਉਦਾਸੀ ਵਾਲੀ ਖਬਰ ਮੰਨੀ ਜਾ ਰਹੀ ਹੈ। ਪਰ ਨਾਲ ਦੀ ਨਾਲ ਕੈਲਗਰੀ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਜਿਵੇਂ ਕਿ ਹਦਾਇਤਾਂ ਵਾਰ ਵਾਰ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਜੇ ਜਿਨ੍ਹਾਂ ਨੇ ਵੀ ਆਪਣੇ ਕੁੱਤੇ ਰੱਖਣੇ ਨੇ ਪੈਟ ਘਰ ਦੇ ਵਿੱਚ ਰੱਖਣੇ ਨੇ ਤਾਂ ਉਹਨਾਂ ਨੂੰ ਬਾਕੀ ਲੋਕਾਂ ਦੀ ਪਹੁੰਚ ਤੋਂ ਬਚਾਇਆ ਜਾਵੇ, ਅਤੇ ਮਾਲਕ ਕੁੱਤੇ ਦੇ ਨਾਲ ਹੋਵੇ, ਅਤੇ ਜਿਹੜੇ ਖਾਸ ਕਰਕੇ ਪੈਟ ਜਿਹੜੇ ਹੈਗੇ ਨੇ ਜਾਂ ਕੁੱਤੇ ਨੇ ਖਾਸ ਤੌਰ ਦੇ ਉੱਤੇ ਖਤਰਨਾਕ ਹੋ ਸਕਦੇ ਨੇ ਸੁਸਾਇਟੀ ਲਈ, ਉਹਨਾਂ ਦਾ ਧਿਆਨ ਰੱਖਿਆ ਜਾਵੇ। ਇੱਕ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਮੁਤਾਬਕ ਵੈਨਕੂਵਰ ਦੇ ਵਿੱਚ ਮਕਾਨਾਂ ਦੀ ਜਿਹੜੀ ਕਿਰਾਏ ਦੀ ਕੀਮਤ ਹੈ ਉਹ ਪਿਛਲੇ ਸਾਲ ਦੇ ਨਾਲੋਂ ਘਟੀ ਹੈ। ਇਸ ਦੀ ਰਿਪੋਰਟ ਇੱਕ ਆਨਲਾਈਨ ਪਲੇਟਫਾਰਮ ਦੇ ਦੁਆਰਾ ਸਾਹਮਣੇ ਆਈ ਹੈ। ਕੁਝ ਲੋਕ ਵਿਚਾਰ ਕਰ ਰਹੇ ਨੇ ਕਿ ਇਸ ਨੂੰ ਮਕਾਨ ਵੇਚਣ ਤੇ ਖਰੀਦਣ ਵਾਲਿਆਂ ਲਈ ਅਚਾਨਕ ਆਈ ਚੰਗੀ ਖਬਰ ਮੰਨਿਆ ਜਾ ਰਿਹਾ ਹੈ। ਨਾਲ ਹੀ ਇਹ ਕਾਰਨ ਵੀ ਦੇਖੇ ਜਾ ਰਹੇ ਨੇ ਕਿ ਇਸ ਦੇ ਕਾਰਨ ਕੀ ਨੇ। ਰਿਪੋਰਟ ਜਿਹੜੀ ਆਈ ਹੈ ਉਸ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਨਵੇਂ ਘਰਾਂ ਦੀ ਉਸਾਰੀ ਹੋਣਾ ਵੀ ਇਸਦਾ ਕਾਰਨ ਇੱਕ ਮੰਨਿਆ ਜਾ ਸਕਦਾ ਹੈ। ਫਿਲਹਾਲ ਸ਼ਹਿਰ ਦੇ ਵਿੱਚ ਇੱਕ ਬੈਡਰੂਮ ਦੀ ਜਿਹੜੀ ਕੀਮਤ ਹੈ ਉਹ ਹੁਣ $2,650 ਹੈ। ਪਿਛਲੇ ਸਾਲ ਇਸ ਸਮੇਂ ਨਾਲੋਂ 1.9% ਨਾਲੋਂ ਤਾਂ ਕਿਤੇ ਘੱਟ ਹੈ। ਇੱਕ ਦੋ ਬੈਡਰੂਮ ਜਿਹੜੇ ਔਸਤਨ $3,800 ਪ੍ਰਤੀ ਮਹੀਨਾ ਨੇ, ਜੋ ਕਿ 1.3% ਵਧਿਆ ਹੈ। ਵੈਨਕੂਵਰ ਤੋਂ ਇਲਾਵਾ ਸਿਖਰਲੇ ਜਿਹੜੇ 10 ਦੇ ਵਿੱਚੋਂ ਕਿਸੇ ਹੋਰ ਮਾਰਕੀਟ ਦੇ ਵਿੱਚ ਇੱਕ ਬੈਡਰੂਮ ਲਈ ਸਾਲਾਨਾ ਦਰਾਂ ਜਿਹੜੀਆਂ ਉਹ ਨੈਗੇਟਿਵ ਨਹੀਂ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਵੈਨਕੂਵਰ ਕਿਰਾਏ ਲਈ ਕੈਨੇਡਾ ਵਿੱਚ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੋਇਆ ਹੈ, ਅਤੇ ਇਸ ਤੋਂ ਬਾਅਦ ਟੋਰਾਂਟੋ ਅਤੇ ਬਰਨਵੀ ਦਾ ਨੰਬਰ ਆਉਂਦਾ ਹੈ। ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਪਿਛਲੇ ਸਾਲ ਹੋਏ ਸੋਨੇ ਦੀ ਚੋਰੀ ਦੇ ਵਿੱਚ ਕਥਿਤ ਭੂਮਿਕਾ ਨਿਭਾਉਣ ਵਾਲਾ ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਖੁਦ ਨੂੰ ਪੁਲਿਸ ਦੇ ਸਾਹਮਣੇ ਕਰਨ ਦੀ ਤਿਆਰੀ ਕਰ ਰਿਹਾ ਹੈ। ਅਪ੍ਰੈਲ 2023 ਦੇ ਵਿੱਚ ਟੋਰਾਂਟੋ ਏਅਰਪੋਰਟ ਤੋਂ ਹੋਈ $20 million ਤੋਂ ਵੱਧ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਸਿਮਰਨਪ੍ਰੀਤ ਪਨੇਸਰ ਵਾਂਟਡ ਹੈ। ਉਸਦੇ ਵਕੀਲ ਗੈਗ ਲਾਫੋਂਟੇਨ ਨੇ ਇੱਕ ਜਾਣਕਾਰੀ ਦੇ ਮੁਤਾਬਕ ਇਹ ਬਿਆਨ ਦਿੱਤਾ ਹੈ ਕਿ ਪਨੇਸਰ ਨੂੰ ਕੈਨੇਡੀਅਨ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਉਹਨਾਂ ਕਿਹਾ ਕਿ ਜਦੋਂ ਇਹ ਮੁਕੱਦਮਾ ਖਤਮ ਹੋਵੇਗਾ ਤਾਂ ਪਨੇਸਰ ਕਿਸੇ ਵੀ ਗੜਬੜੀ ਤੋਂ ਮੁਕਤ ਹੋ ਜਾਵੇਗਾ। ਪੁਲਿਸ ਅਨੁਸਾਰ ਪਨੇਸਰ ਨੇ ਪਿਛਲੀਆਂ ਗਰਮੀਆਂ ਦੌਰਾਨ ਆਪਣੀ ਨੌਕਰੀ ਛੱਡ ਦਿੱਤੀ ਅਤੇ ਗਾਇਬ ਹੋ ਗਿਆ ਸੀ। ਪਨੇਸਰ ਅਤੇ 8 ਹੋਰ ਵਿਅਕਤੀਆਂ ਦੇ ਖਿਲਾਫ਼ ਇਸ ਸਾਲ ਅਪ੍ਰੈਲ ਦੇ ਵਿੱਚ ਦੋਸ਼ਾਂ ਦਾ ਐਲਾਨ ਕੀਤਾ ਗਿਆ ਸੀ।
ਲਾਫੋਂਟੇਨ ਨੇ ਕਿਹਾ ਕਿ ਪਨੇਸਰ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਉਹ ਦੋਸ਼ਾਂ ਦੇ ਲਈ ਕੈਨੇਡਾ ਦੇ ਵਿੱਚ ਲੋੜੀਂਦਾ ਤਾਂ ਪਨੇਸਰ ਨੇ ਤੁਰੰਤ ਉਹਦੇ ਨਾਲ ਸੰਪਰਕ ਕੀਤਾ। ਵਕੀਲ ਲਾਫੋਂਟੇਨ ਨੇ ਫਿਰ ਪੁਲਿਸ ਅਤੇ ਸਰਕਾਰੀ ਵਕੀਲ ਦੇ ਨਾਲ ਗੱਲ ਕੀਤੀ ਤੇ ਕਿਹਾ ਕਿ ਪਨੇਸਰ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਖੁਦ ਹੀ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਹੈ। ਲਾਫੋਂਟੇਨ ਨੇ ਕਿਹਾ ਕਿ ਉਹ ਆਪਣੀ ਪੂਰੀ ਨਿਰਦੋਸ਼ਤਾ ਜ਼ਾਹਰ ਕਰਨ ਦਾ ਮੌਕਾ ਮਿਲਣ ਲਈ ਫਿਕਰਮੰਦ ਹੈ। ਵਕੀਲ ਲਾਫੋਂਟੇਨ ਨੇ ਕਿਹਾ ਕਿ ਪਨੇਸਰ ਕੈਨੇਡਾ ਪਰਤਣ ਦੀ ਤਿਆਰੀ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਆਪਣੇ ਕੰਮ ਨਿਬੇੜ ਰਿਹਾ ਹੈ। ਉਹਨਾਂ ਸੁਰੱਖਿਆ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਨਹੀਂ ਦੱਸਿਆ ਕਿ ਪਨੇਸਰ ਕਿੱਥੇ ਹੈ, ਪਰ ਰਿਪੋਰਟ ਦੀ ਜਾਂਚ ਇਹ ਕਹਿ ਰਹੀ ਹੈ ਕਿ ਉਹ ਆਪਣੀ ਪਤਨੀ ਪ੍ਰੀਤੀ ਪਨੇਸਰ ਦੇ ਨਾਲ ਭਾਰਤ ਦੇ ਵਿੱਚ ਰਹਿ ਰਿਹਾ ਹੈ। ਇੰਨਾ ਹੀ ਨਹੀਂ, ਮੰਨਿਆ ਜਾ ਰਿਹਾ ਕਿ ਪ੍ਰੀਤੀ ਵੀ ਚੋਰੀ ਦੇ ਵਿੱਚ ਸ਼ਾਮਿਲ ਸੀ। 17 April 2023 ਨੂੰ ਏਅਰ ਕੈਨੇਡਾ ਦੀ ਕਾਰਗੋ ਕੰਪਾਊਂਡ 'ਚੋਂ $20 million ਦੀਆਂ ਸ਼ੁੱਧ ਸੋਨੇ ਦੀਆਂ 6,600 ਇੱਟਾਂ ਅਤੇ $2.5 million ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ ਸੀ। ਇਹ ਸਮਾਨ ਜ਼ਿਊਰਿਖ ਤੋਂ ਇੱਕ ਫਲਾਈਟ ਦੇ ਵਿੱਚ ਟੋਰਾਂਟੋ ਪਹੁੰਚਿਆ ਸੀ। 5 ਟਨ ਵਾਲਾ ਡਿਲੀਵਰੀ ਟਰੱਕ ਚੱਲ ਰਿਹਾ ਇੱਕ ਆਦਮੀ ਕੰਪਾਊਂਡ ਤੱਕ ਪਹੁੰਚਿਆ ਤੇ ਇੱਕ ਜਾਇਜ਼ ਏਅਰਵੇ ਬਿੱਲ ਪੇਸ਼ ਕਰਕੇ ਗੋਦਾਮ ਦੇ ਵਿੱਚ ਦਾਖਲ ਹੋ ਗਿਆ। ਏਅਰਵੇ ਬਿੱਲ ਆਮ ਤੌਰ ਤੇ ਸਮਾਨ ਦੇ ਵੇਰਵਿਆਂ ਦੇ ਨਾਲ ਏਅਰਲਾਈਨ ਦੁਆਰਾ ਜਾਰੀ ਕੀਤਾ ਜਾਂਦਾ ਹੈ, ਫਿਰ ਸੋਨਾ ਤੇ ਨਕਦੀ ਟਰੱਕ ਤੇ ਲੱਦ ਦਿੱਤਾ ਗਿਆ ਤੇ ਡਰਾਈਵਰ ਕਾਰਗੋ ਕੰਪਾਊਂਡ ਤੋਂ ਬਾਹਰ ਨਿਕਲ ਗਿਆ। ਪੁਲਿਸ ਨੇ ਬਾਅਦ ਵਿੱਚ ਪਾਇਆ ਕਿ ਏਅਰਵੇ ਬਿੱਲ ਅਸਲ ਦੇ ਵਿੱਚ ਇੱਕ ਦਿਨ ਪਹਿਲਾਂ ਡਿਲੀਵਰ ਕੀਤੇ ਗਏ ਭੋਜਨ ਦੀ ਇੱਕ ਸ਼ਿਪਮੈਂਟ ਦਸਤਾਵੇਜ਼ ਦਾ ਡੁਪਲੀਕੇਟ ਸੀ। ਉਹਨਾਂ ਕਿਹਾ ਕਿ ਇਹ ਏਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਦੇ ਵਿੱਚ ਛਾਪਿਆ ਗਿਆ ਸੀ। ਜਦੋਂ ਪੀਲ ਰੀਜਨਲ ਪੁਲਿਸ ਨੇ ਦੋਸ਼ਾਂ ਦਾ ਐਲਾਨ ਕੀਤਾ ਸੀ ਤਾਂ ਪਨੇਸਰ ਅਤੇ 2 ਹੋਰ ਸ਼ੱਕੀਆਂ ਦੇ ਖਿਲਾਫ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਗਏ ਸਨ। ਗਿਗ ਵਰਕਰਾਂ ਨੂੰ ਉਹਨਾਂ ਦੇ ਰੁੱਝੇ ਹੋਏ ਸਮੇਂ ਦੌਰਾਨ ਘੱਟੋ ਘੱਟ ਵੇਜਸ ਦਾ 120% ਭੁਗਤਾਨ ਕੀਤਾ ਜਾਵੇਗਾ, ਜੋ ਮੌਜੂਦਾ ਸਮੇਂ ਦੇ ਵਿੱਚ $17.40 ਹੈ। ਨਵੇਂ ਨਿਯਮ ਦੇ ਵਿੱਚ ਇਹ ਜ਼ਰੂਰੀ ਹੋਵੇਗਾ ਕਿ ਗਾਹਕਾਂ ਦੇ ਸਾਰੇ ਸੁਝਾਅ ਸਿੱਧੇ ਕਰਮਚਾਰੀਆਂ ਨੂੰ ਜਾਣ, ਜਦੋਂ ਕਿ ਕਰਮਚਾਰੀਆਂ ਨੂੰ ਆਪਣੇ ਵਾਹਨ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਲਈ 35 to 45 cents ਘੱਟੋ ਘੱਟ ਪ੍ਰਤੀ ਕਿਲੋਮੀਟਰ ਵਾਹਨ ਭੱਤਾ ਸਥਾਪਿਤ ਕੀਤਾ ਜਾਏਗਾ। ਸੂਬੇ ਦਾ ਕਹਿਣਾ ਹੈ ਕਿ BC ਜੋ ਐਪਸ ਜਿਵੇਂ ਕਿ ਉਬਰ ਤੇ ਸਕਿਪ ਦਾ ਡਿਸ਼ਿਜ਼ ਰਾਹੀਂ ਪੈਸਾ ਕਮਾਉਂਦੇ ਨੇ, ਉਹਨਾਂ ਨੂੰ ਹੁਣ ਇੱਕ ਨਿਰਧਾਰਤ ਘੱਟੋ ਘੱਟ ਵੇਜਸ ਤੇ ਬਿਹਤਰ ਸੁਰੱਖਿਆ ਮਿਲੇਗੀ। ਗਿਗ ਵਰਕਰਾਂ ਦੀਆਂ ਸਥਿਤੀਆਂ ਦੇ ਵਿੱਚ ਤਬਦੀਲੀਆਂ ਸਰਕਾਰ ਦੁਆਰਾ ਕਿਰਤ ਸੁਰੱਖਿਆ ਵਿੱਚ ਸੁਧਾਰ ਕਰਨ ਦੀਆਂ ਕਈ ਮਹੀਨਿਆਂ ਦੀਆਂ ਕਾਲਾਂ ਤੋਂ ਬਾਅਦ ਆਉਂਦੀਆਂ ਨੇ। BC ਕਿਰਤ ਮੰਤਰੀ ਹੈਰੀ ਬੈਂਸ ਦਾ ਕਹਿਣਾ ਹੈ ਕਿ ਤਬਦੀਲੀਆਂ ਵਿੱਚ ਘੱਟੋ ਘੱਟ ਵੇਜਸ, ਦੂਰੀ ਤੇ ਖਰਚੇ ਭੱਤੇ ਸ਼ਾਮਿਲ ਨੇ ਤੇ ਵਰਕਰਾਂ ਨੂੰ ਹੁਣ ਵਰਕ ਸੇਫ BC ਦੁਆਰਾ ਕਵਰ ਕੀਤਾ ਜਾਏਗਾ। ਬੈਂਸ ਨੇ ਕਿਹਾ ਕਿ ਅਸੀਂ ਘੱਟੋ ਘੱਟ ਮਾਪਦੰਡ ਸਥਾਪਿਤ ਕਰ ਰਹੇ ਹਾਂ, ਇਹ ਤੁਹਾਡੇ ਕਰਮਚਾਰੀਆਂ ਨੂੰ ਘੱਟੋ ਘੱਟ ਤਨਖਾਹ ਦੇਣ ਲਈ ਬਹੁਤ ਜ਼ਿਆਦਾ ਨਹੀਂ ਪੁੱਛੇ ਜਾ ਰਹੇ। ਇਹ ਯਕੀਨੀ ਬਣਾਉਣ ਲਈ ਕਿ ਕਿਸੇ ਰੁਜ਼ਗਾਰਦਾਤਾ ਨੂੰ ਪੁੱਛਣਾ ਪਵੇ ਕਿ ਤੁਹਾਡੇ ਕਰਮਚਾਰੀ ਕੰਮ ਤੇ ਜ਼ਖਮੀ ਹੋਣ ਦੀ ਸਥਿਤੀ ਵਿੱਚ ਕਵਰ ਕੀਤੇ ਜਾਣਗੇ। ਸੂਬੇ ਦਾ ਕਹਿਣਾ ਹੈ ਕਿ ਘੱਟੋ ਘੱਟ ਮਾਪਦੰਡ 3 September 2024 ਤੋਂ ਲਾਗੂ ਹੋਣਗੇ। ਬੈਂਸ ਨੇ ਕਿਹਾ ਹੈ ਕਿ ਗਿਗ ਵਰਕਰਾਂ ਨੂੰ ਉਹਨਾਂ ਦੇ ਰੁੱਝੇ ਹੋਏ ਸਮੇਂ ਦੌਰਾਨ ਘੱਟੋ ਘੱਟ ਵੇਜਸ ਦਾ 120% ਭੁਗਤਾਨ ਕੀਤਾ ਜਾਏਗਾ, ਜੋ ਮੌਜੂਦਾ ਸਮੇਂ ਵਿੱਚ $17.40 ਹੈ। ਉਹਨਾਂ ਕਿਹਾ ਕਿ ਸਾਡਾ ਮੰਤਰਾਲਾ ਮਜ਼ਦੂਰ, ਉਹਨਾਂ ਦੇ ਨੁਮਾਇੰਦਿਆਂ ਤੇ ਬਹੁਤ ਸਾਰੇ ਜੋ ਵਰਕਰਾਂ ਦੇ ਵੱਲੋਂ ਵਕਾਲਤ ਕਰ ਰਹੇ ਨੇ ਤੇ ਰਾਈਡ ਹੇਲ ਕੰਪਨੀਆਂ ਤੇ ਭੋਜਨ ਡਿਲੀਵਰੀ ਕੰਪਨੀਆਂ ਨਾਲ ਜੁੜਿਆ ਹੋਇਆ ਹੈ। ਇਹ ਇੱਕ ਬੁਨਿਆਦੀ ਸਿਧਾਂਤ ਹੈ ਜਿਸ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਸਾਰੇ ਕਰਮਚਾਰੀ ਬੁਨਿਆਦੀ ਘੱਟੋ ਘੱਟ ਮਾਪਦੰਡ ਦੇ ਹੱਕਦਾਰ ਹਨ। ਪ੍ਰੋਵਿੰਸ ਦਾ ਕਹਿਣਾ ਹੈ ਕਿ ਸੁਰੱਖਿਆ ਇਹ ਵੀ ਯਕੀਨੀ ਬਣਾਏਗੀ ਕਿ ਗਾਹਕਾਂ ਨੂੰ ਪ੍ਰਦਾਨ ਕੀਤੇ ਗਏ 100% ਸੁਝਾਅ ਜਿਹੜੇ ਨੇ ਉਹ ਕਰਮਚਾਰੀ ਨੂੰ ਦਿੱਤੇ ਜਾਣਗੇ। ਨਵੀਆਂ ਸੁਰੱਖਿਆਵਾਂ ਪੂਰੇ ਸੂਬੇ ਵਿੱਚ ਲਗਭਗ 11,000 ਰਾਈਡ ਹੇਲਿੰਗ ਡਰਾਈਵਰਾਂ ਤੇ 35,000 ਡਿਲੀਵਰੀ ਵਰਕਰਾਂ ਨੂੰ ਕਵਰ ਕਰੇਗੀ। ਬੈਂਸ ਨੇ ਕਿਹਾ ਕਿ ਜਦੋਂ ਐਪਸ ਆਪਣੀ ਸੇਵਾ ਨੂੰ ਅਕਿਰਿਆਸ਼ੀਲ ਜਾਂ ਮੁੜ ਸਰਗਰਮ ਕਰਦੇ ਨੇ ਤਾਂ ਕਿਰਤ ਸੁਰੱਖਿਆ ਵਿੱਚ ਇੱਕ ਨਿਰਪੱਖ ਪ੍ਰਣਾਲੀ ਵੀ ਸ਼ਾਮਿਲ ਹੋਵੇਗੀ। ਜੇਕਰ ਐਪ ਡੀਐਕਟੀਵੇਟ ਕਰਨਾ ਹੈ
ਤਾਂ ਵਰਕਰਾਂ ਨੂੰ 72 ਘੰਟਿਆਂ ਦਾ ਨੋਟਿਸ ਮਿਲੇਗਾ ਤੇ 14 ਦਿਨਾਂ ਦੇ ਅੰਦਰ ਇੱਕ ਮੁੱਦੇ ਦਾ ਹੱਲ ਕੀਤਾ ਜਾਏਗਾ। ਵਪਾਰਕ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਮਿਲੇਗਾ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ। ਐਡਮਿੰਟਨ ਸ਼ਹਿਰ ਦੀ ਸਿਟੀ ਕੌਂਸਲ ਨੇ ਇੱਕ ਕੈਪੀਟਲ ਬਜਟ ਅਪਰੂਵ ਕੀਤਾ ਜੀ, ਔਰ ਉਹ ਵੀ ਯੂਨੈਨੀਮਸਲੀ 10.4 ਬਿਲੀਅਨ ਡਾਲਰ ਦਾ। ਜੀ ਹਾਂ, 10.4 ਬਿਲੀਅਨ ਡਾਲਰ ਇਹ ਕੈਪੀਟਲ ਬਜਟ ਆ। ਦੂਸਰਾ ਬਜਟ ਤਾਂ ਤੁਹਾਨੂੰ ਪਤਾ ਪਹਿਲਾਂ ਹੀ ਪਾਸ ਹੋ ਚੁੱਕਾ, ਜਿਹੜਾ ਓਪਰੇਟਿੰਗ ਬਜਟ ਹੁੰਦਾ ਆ। ਔਰ ਜਿਹੜੇ ਚੀਫ ਫਾਈਨੈਂਸ਼ੀਅਲ ਆਫਿਸਰ ਨੇ ਸਟੇਸੀ ਪੈਡਬਰੀ, ਉਹਨਾਂ ਦਾ ਕਹਿਣਾ ਵੀ ਇਹ ਜਿਹੜਾ ਬਜਟ ਹੈਗਾ ਨਾ, ਇਹਦੇ ਨਾਲ ਕੈਪੀਟਲ ਬਜਟ ਦੇ ਨਾਲ ਤੁਹਾਡੇ ਪ੍ਰੋਪਰਟੀ ਟੈਕਸ ਦੇ ਉੱਤੇ ਕੋਈ ਅਸਰ ਨਹੀਂ ਕਹਿੰਦਾ ਪੈਣਾ। ਅਕਸਰ ਜਿਹੜਾ ਇਹ ਸਪਰਿੰਗ ਅਤੇ ਉੱਧਰੋਂ ਫਾਲ ਦੇ ਵਿੱਚ ਜਿਹੜੀਆਂ ਇਹ ਰਿਵਿਊ ਕੀਤੇ ਜਾਂਦੇ ਨੇ ਵੀ ਵਾਧਾ ਘਾਟਾ ਹੋਣਾ ਜਾਂ ਨਹੀਂ। ਸੋ ਸਪਰਿੰਗ ਦੇ ਵਿੱਚ ਵਾਧੇ ਵਾਲੀ ਗੱਲ ਜਿਹੜੀ ਸੀ ਉਹ ਸਾਰੇ ਲੋਕਾਂ ਨੂੰ ਮਿਲ ਚੁੱਕੀ ਆ। 8.9% ਦਾ ਵਾਧਾ ਜਿਹੜਾ ਟੈਕਸ ਦੇ ਵਿੱਚ ਹੋਇਆ, ਪ੍ਰੋਪਰਟੀ ਟੈਕਸ ਵਿੱਚ ਹੋਇਆ। ਅੱਛਾ, ਹੁਣ ਇਹ ਜਿਹੜਾ ਕੈਪੀਟਲ ਬਜਟ ਆ 10.4 ਬਿਲੀਅਨ ਡਾਲਰ ਦਾ, ਇਹਦੇ 'ਚ ਵੱਖਰੇ ਵੱਖਰੇ ਪ੍ਰੋਜੈਕਟ ਨੇ ਜਿਨ੍ਹਾਂ ਦੇ ਉੱਤੇ ਪੈਸੇ ਲਾਏ ਜਾਣੇ ਨੇ। ਸਭ ਤੋਂ ਵੱਡਾ ਖਰਚਾ ਜੀ 170 ਮਿਲੀਅਨ ਡਾਲਰ ਜਿਹੜਾ ਉਹ ਕੈਪੀਟਲ ਬਜਟ ਦਾ, ਇਹ ਹਾਊਸਿੰਗ ਐਕਸੈਲਰੇਟਰ ਫੰਡ ਹੈਗਾ ਉਹਦੇ 'ਚੋਂ ਆਉਣਾ ਹੈਗਾ। ਔਰ ਇਹਦੇ ਨਾਲ 5300 ਨਵੇਂ ਯੂਨਿਟਸ ਜਿਹੜੇ ਆ ਉਹ ਬਣਾਏ ਜਾਣੇ ਨੇ 2026 ਤੱਕ। ਜੀ ਹਾਂ, ਔਰ ਇਹ ਪੈਸਾ ਜਿਹੜਾ ਆ ਇਹ ਡਾਇਰੈਕਟਲੀ ਫੈਡਰਲ ਗਵਰਨਮੈਂਟ ਤੋਂ ਸਿਟੀ ਆਫ ਐਡਮਿੰਟਨ ਨੂੰ ਆਵੇਗਾ। ਮਾਈਕਲ ਜੈਨ ਕਾਉਂਸਲਰ ਜਿਹੜੇ ਨੇ ਉਹ ਇਸ ਗੱਲਬਾਤ ਨੂੰ ਇੱਦਾਂ ਕਹਿੰਦੇ ਨੇ ਵੀ ਇਹ ਇੱਕ ਕਿਸਮ ਦੀ ਹਾਊਸਿੰਗ ਦੇ ਵਿੱਚ ਇਨਵੈਸਟਮੈਂਟ ਆ, ਔਰ ਨਾਲ ਦੀ ਨਾਲ ਜੋਬਸ ਅਤੇ ਇਨਫਰਾਸਟ੍ਰਕਚਰ ਦਾ ਰਿਨਿਊਅਲ ਹੋ ਰਿਹਾ ਆ। ਉਹ ਕਹਿੰਦੇ ਵੀ ਇੱਕ ਵਧੀਆ ਗੱਲ ਆ, ਔਰ ਇਹਦੇ ਨਾਲ ਜਿੱਥੇ ਵੀ ਇਹ ਪੈਸੇ ਲਾਏ ਜਾਣਗੇ ਜਾਂ ਯੂਨਿਟਸ ਬਣਦੇ ਨੇ ਉੱਥੇ ਲੋਕ ਜਾ ਕੇ ਰਹਿਣਗੇ, ਔਰ ਨਾਲ ਦੀ ਨਾਲ ਜਿਹੜੀਆਂ ਟਰਾਂਸਪੋਰਟੇਸ਼ਨ ਦੀਆਂ ਸਹੂਲਤਾਂ ਵੀ ਵਧੀਆ ਬਣਾਈਆਂ ਜਾਣਗੀਆਂ, ਔਰ ਸਾਡੇ ਸ਼ਹਿਰ ਦਾ ਇੱਕ ਕਿਸਮ ਦਾ ਚਿਹਰਾ ਮੋਹਰਾ ਵੀ ਬਣਨਗੀਆਂ। ਸਿਟੀ ਨੇ ਵੱਖਰੇ ਵੱਖਰੇ ਪ੍ਰੋਜੈਕਟ ਨੇ, ਜਿੱਦਾਂ 11.5 ਮਿਲੀਅਨ ਡਾਲਰ ਜਿਹੜਾ ਜੀ ਉਹ ਇੱਕ ਫਾਇਰ ਸਟੇਸ਼ਨ ਹੈ ਨੰਬਰ 7 ਹਾਈਲੈਂਡ ਦੇ ਵਿੱਚ, ਉਹਦੇ 'ਤੇ ਲਾਉਣਾ ਹੈਗਾ। 5.9 ਮਿਲੀਅਨ ਸੋਲਰ ਫੋਟੋ ਵੋਲਟੇਕ ਅਤੇ ਬੈਟਰੀ ਐਨਰਜੀ ਸਟੋਰੇਜ ਸਿਸਟਮ ਹੈਗਾ ਕੈਥਲੀਨ ਐਂਡਰਿਊ ਟ੍ਰਾਂਜ਼ਿਟ ਗਰਾਜ, ਉਹਦੇ 'ਤੇ ਲਾਇਆ ਜਾਣਾ। ਅਤੇ 4.8 ਮਿਲੀਅਨ ਡਾਲਰ ਆਰਟੀਫਿਸ਼ਲ ਟਰਫ, ਇਹ ਹੈਗੀ ਜੀ ਕਲਾਰਕ ਸਟੇਡੀਅਮ ਜਿਹੜਾ ਕਾਮਨਵੈਲਥ ਸਟੇਡੀਅਮ ਦੇ ਬਿਲਕੁਲ ਨਾਲ ਆ, ਉਹਦੀ ਇਹ ਜਿਹੜੀ ਹੈ ਟਰਫ ਸੁਧਾਰੀ ਜਾਵੇਗੀ। 8 ਮਿਲੀਅਨ ਡਾਲਰ ਉਹ ਕਹਿੰਦੇ ਜੀ ਜਿਹੜਾ ਇਮੈਜਿਨ ਜੈਸਪਰ ਐਵਨਿਊ, ਜਿਹੜੇ ਲੋਕਾਂ ਨੇ ਦੇਖਿਆ ਇੱਥੇ ਜਦੋਂ ਵੀ ਕਿਤੇ ਐਡਮਿੰਟਨ 'ਚ ਆਉਂਦੇ ਨੇ ਅਤੇ ਮੇਨ ਐਵਨਿਊ ਹੈ ਜੀ ਜੈਸਪਰ ਐਵਨਿਊ, ਉਹਦਾ 114 ਸਟਰੀਟ ਤੋਂ ਲੈ ਕੇ 124 ਸਟਰੀਟ ਤੱਕ ਸੁਧਾਰ ਕੀਤਾ ਜਾਣਾ, ਯਾਨੀ ਕਿ ਹੁਣ ਬਿਊਟੀਫਿਕੇਸ਼ਨ ਕੀਤੀ ਜਾਂਦੀ ਹੈ ਸਾਈਡਾਂ 'ਤੇ ਇੱਟਾਂ ਵਗੈਰਾ ਲਾ ਕੇ, ਉਹਦੇ ਲਈ 8 ਮਿਲੀਅਨ ਡਾਲਰ ਸਿਟੀ ਲੱਭ ਰਹੀ ਆ। ਔਰ ਨਾਲ ਦੀ ਨਾਲ ਨਵੇਂ ਪ੍ਰੋਜੈਕਟ ਹੈਗੇ ਜਿਹਦੇ 'ਚ ਕੁਝ ਸਪੋਰਟਿਵ ਲਿਵਿੰਗ ਯੂਨਿਟ ਬਣਾਏ ਜਾਣੇ ਨੇ ਕਨੋਰਾ ਨੇਬਰਹੁੱਡ ਅਤੇ ਗਾਰਨੋ ਨੇਬਰਹੁੱਡ ਦੇ ਵਿੱਚ।
ਔਰ ਪਰ ਜਿਹੜੇ ਟਿਮ ਕਾਰਟਮੈਲ ਹੁਰੀ ਨੇ ਕੌਂਸਲਰ, ਉਹਨਾਂ ਦਾ ਕਹਿਣਾ ਵੀ ਮੈਂ ਇਹ ਜਿਹੜਾ ਪੈਸਾ ਲਾਇਆ ਜਾ ਰਿਹਾ ਡਾਇਰੈਕਟਲੀ, ਮਤਲਬ ਜਿੱਥੇ ਇਨਫਰਾਸਟ੍ਰਕਚਰ ਦੇ ਵਿੱਚ ਜਾਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਮੇਨਟੇਨ ਕਰਨ ਦੇ ਵਿੱਚ, ਉਹ ਕਹਿੰਦਾ ਮੈਂ ਉਹਨਾਂ ਲਈ ਹਾਮੀ ਭਰਦਾ ਹੋਣਾ ਚਾਹੀਦਾ, ਪਰ ਸਾਡੀਆਂ ਪ੍ਰਾਇਓਰਿਟੀਜ਼ ਵੀ ਠੀਕ ਹੋਣੀਆਂ ਚਾਹੀਦੀਆਂ ਵੀ ਰਾਦਰ ਦੈਨ ਜਿਸ ਤਰ੍ਹਾਂ ਕੈਲਗਰੀ ਦੇ ਵਿੱਚ ਵਾਟਰ ਮੇਨ ਟੁੱਟੀ ਆ ਅਤੇ ਉੱਥੇ ਲੋਕਾਂ ਨੂੰ ਬਿਫਤਾ ਪਈ ਆ, ਇਸ ਤਰ੍ਹਾਂ ਇੱਥੇ ਨਾ ਹੋਵੇ। ਅਸੀਂ ਕਹਿੰਦਾ ਵੀ ਸਾਡੇ ਲਈ ਕਿਹੜੀ ਚੀਜ਼ ਜ਼ਰੂਰੀ ਆ, ਵੀ ਇੱਕ ਟ੍ਰਾਂਜ਼ਿਟ ਗਰਾਜ ਦੇ ਉੱਤੇ ਸੋਲਰ ਪੈਨਲ ਲਾਉਣੇ ਜ਼ਰੂਰੀ ਆ ਜਾਂ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰਨਾ, ਪਾਈਪਸ ਜਾਂ ਹੋਰ ਜਿਹੜੀਆਂ ਸਾਡਾ ਇਨਫਰਾਸਟ੍ਰਕਚਰ ਆ ਉਹਦੇ 'ਤੇ ਲਾਉਣਾ ਚਾਹੀਦਾ। ਸੋ ਇਹ ਗੱਲ ਟਿਮ ਕਾਰਟਮੈਲ ਹੋਰਾਂ ਨੇ ਕਹੀ ਆ ਜੀ। ਔਰ ਜਿਹੜੇ $242 million ਲਾਉਣੇ ਆ, ਜਿਹੜੀ ਇੱਕ LRT 4.5 kilometers ਲੰਬੀ ਜੀ ਕੈਪੀਟਲ ਲਾਈਨ ਆ LRT ਦੀ, ਹੈਰੀਟੇਜ ਤੋਂ ਐਲਰਸਲੀ ਤੱਕ ਜਾਣੀ ਆ, ਉਹਦੇ 'ਤੇ ਖਰਚੇ ਕੀਤੇ ਜਾਣੇ ਨੇ, ਔਰ ਉਹ ਇਹਦੇ ਵਿੱਚ ਨਹੀਂ ਹੈ ਕੈਪੀਟਲ ਬਜਟ ਦੇ ਵਿੱਚ। ਇਹਦੇ ਵਿੱਚ ਵੀ 55% ਜਿਹੜਾ ਜੀ ਫੈਡਰਲ ਗੌਰਮੈਂਟ ਜਿਹੜੀ ਆ ਉਹ ਲਾ ਰਹੀ ਹੈ। ਅਮਰਜੀਤ ਸੋਹੀ ਜਿਹੜੇ ਮੇਅਰ ਨੇ ਉਹਨਾਂ ਦੱਸਿਆ ਵੀ $70 million ਇਸ ਪ੍ਰੋਜੈਕਟ 'ਤੇ ਆਲਰੇਡੀ ਅਸੀਂ ਖਰਚ ਕਰ ਚੁੱਕੇ ਹਾਂ, ਜੇ ਅਸੀਂ ਇਹਦੇ 'ਤੇ ਨਹੀਂ ਪ੍ਰੋਸੀਡ ਕਰਦੇ ਤਾਂ ਜਿਹੜਾ ਸਾਨੂੰ ਪੈਸਾ ਆਉਣਾ ਸਿਟੀ ਤੋਂ ਅਤੇ ਫੈਡਰਲ ਗੌਰਮੈਂਟ ਤੋਂ ਅਤੇ ਪ੍ਰੋਵਿੰਸ ਤੋਂ ਉਹ ਸਾਨੂੰ ਪੈਸਾ ਨਹੀਂ ਮਿਲਣਾ ਹੈ। ਇਸ ਵੇਲੇ ਉਹ ਕਹਿੰਦੇ ਅਸੀਂ ਜਿਹੜੇ ਬਿਡਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਵੀ ਜਿਹੜਾ ਵਧੀਆ ਬਿੱਡ ਜਿਹਨਾਂ ਦੀ ਹੋਵੇਗੀ ਉਹਨਾਂ ਨੂੰ ਇਹ ਜਿਹੜਾ ਪ੍ਰੋਜੈਕਟ ਆ ਦੇ ਦਿੱਤਾ ਜਾਵੇਗਾ, ਜਿਹਦੇ ਵਿੱਚ ਦੋ ਹੈ ਨੇ ਜੀ ਲੈਡਕੌਰ ਅਤੇ AECOM, ਇਹ ਦੋ ਬਿਡਰ ਨੇ ਸੋ ਫਾਰ। ਸੋ ਦੇਖੋ ਕਿਹਨੂੰ ਉਹ ਠੇਕਾ ਮਿਲਦਾ ਹੈਗਾ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।